ਰਿਆਸਤੀ ਸ਼ਹਿਰ ਨਾਭਾ ਦੇ ਮੈਕਸ ਗੇਟ ਨਜ਼ਦੀਕ ਇੱਕ ਦੁਕਾਨਦਾਰ ਬਰਜਿੰਦਰਪਾਲ ਦੇ ਉੱਤੇ ਇੱਕ ਨੌਜਵਾਨ ਵੱਲੋਂ 1,000 ਰੁਪਏ ਨਾ ਦੇਣ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਦੁਕਾਨਦਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਕੋਤਵਾਲੀ ਪੁਲਿਸ ਚਾਕੂ ਮਾਰਨ ਵਾਲੇ ਨੌਜਵਾਨ ਦੀ CCTV ਫੁਟੇਜ ਰਾਹੀਂ ਜਾਂਚ ਕਰ ਰਹੀ ਹੈ। ਇਸ ਸੰਬੰਧੀ ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਇੱਕ ਨੌਜਵਾਨ ਦੁਕਾਨ ਉੱਤੇ ਆਇਆ ਅਤੇ ਉਸਨੇ ਬਾਬੂ ਜੀ ਪਾਸੋਂ 1,000 ਰੁਪਇਆ ਮੰਗਿਆ ਅਤੇ ਉਸਨੂੰ ਜਦੋਂ ਉਹਨਾਂ ਨੇ ਨਾ ਦਿੱਤਾ ਤਾਂ ਉਸਨੇ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਮਾਰਿਆ ਲਾਲਾ ਜੀ ਨੇ ਅਤੇ ਉਸ ਤੋਂ ਬਾਅਦ ਮਾਰਨ ਤੋਂ ਬਾਅਦ ਬਾਹਰ ਭੱਜ ਗਿਆ। ਉਦੋਂ ਲਾਲਾ ਜੀ ਨੇ ਚੀਕਾਂ ਮਾਰਿਆ, ਮੈਨੂੰ ਚਾਕੂ ਮਾਰਦਾ। ਉਸ ਤੋਂ ਬਾਅਦ ਕੀ ਕਹਿੰਦੇ ਨੇ ਬਾਹਰ ਗਿਆ ਮੈਂ ਭੱਜ ਕੇ, ਉਦੋਂ ਤੱਕ ਉਹ ਬੇਦੀ ਸੀਟ ਵਾਲੇ ਦੇ ਅੱਗੇ ਜਾ ਕੇ ਗਲੀ 'ਚ ਵੜ ਗਿਆ ਜੀ। ਉਦੋਂ ਤੱਕ ਲਾਲਾ ਜੀ ਨੂੰ ਅਸੀਂ ਹਸਪਤਾਲ 'ਚ ਚੱਕ ਕੇ ਲੈ ਕੇ ਗਏ, ਉਹਨਾਂ ਦੇ ਪੱਟੀ ਪੁੱਟੀ ਕਰਾਈ, ਫਿਰ ਰਜਿੰਦਰਾ 'ਚ ਰੈਫਰ ਕਰਤਾ ਜੀ। ਕਿੰਨੇ ਵਜੇ ਦੀ? ਆਪਣੇ ਰਜਿੰਦਰਾ ਜੀ। ਕਿੰਨਾ ਕੁ ਚਾਕੂ ਲੱਗਿਆ ਅਤੇ ਕਿੰਨਾ ਕੁ ਉਹਨਾਂ ਦੀ ਹਾਲਾਤ? ਹਾਲਾਤ ਠੀਕ ਸੀ ਜੀ, ਉਦੋਂ ਜਦ ਮਾਰਿਆ ਸੀ ਉਦੋਂ ਜ਼ਿਆਦਾ ਉਹਨਾਂ ਦੇ ਸੀਰੀਅਸ ਹੈਗੇ ਸੀ ਮਾਰੇ, ਉਸ ਤੋਂ ਬਾਅਦ ਤਾਂ ਠੀਕ ਸੀ ਜਦ। ਇਸ ਸੰਬੰਧੀ ਪੁਲਿਸ ਥਾਣਾ ਕੋਤਵਾਲੀ ਦੇ ਇੰਚਾਰਜ ਨੇ ਦੱਸਿਆ ਕਿ ਇੱਕ ਦੁਕਾਨਦਾਰ ਬਰਜਿੰਦਰਪਾਲ 'ਤੇ ਇੱਕ ਵਿਅਕਤੀ ਵੱਲੋਂ ਚਾਕੂ ਮਾਰ ਕੇ ਹਮਲਾ ਕੀਤਾ ਗਿਆ। ਬਰਜਿੰਦਰਪਾਲ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ ਅਤੇ ਉਸਦੇ ਬਿਆਨਾਂ ਦੇ ਆਧਾਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਬਰਿੰਦਰਪਾਲ ਸਿੰਘ ਦੀ ਦੁਕਾਨ ਆ ਮੈਸ ਗੇਟ, ਉਹਦਾ ਕੋਈ ਕਿਸੇ ਬੰਦੇ ਨਾਲ ਕੋਈ ਝਗੜਾ ਹੋ ਗਿਆ ਜਾਂ ਉਹਦੇ ਚਾਕੂ ਮਾਰਤਾ। ਬਰਿੰਦਰਪਾਲ ਸਿੰਘ ਨੂੰ ਇੱਥੋਂ ਸਿਵਲ ਹੋਸਪਿਟਲ ਨਾਭਾ ਤੋਂ ਰੈਫਰ ਕਰਤਾ ਰਜਿੰਦਰ ਹੋਸਪਿਟਲ, ਤਾਂ ਉੱਥੇ ਉਹਦੀ ਮੈਸੇਜ ਆ ਗਿਆ, ਉੱਥੇ ਜਾ ਰਿਹਾ, ਉਹਦਾ ਬਿਆਨ ਲਿਖ ਸਟੇਟਮੈਂਟ ਲਿਖ ਕੇ ਕਲੀਅਰ ਹੋ ਗਈ ਸਾਰੀ ਗੱਲ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।